ਕਲਕੱਤਾ ਦੇ ਸਰਕਾਰੀ ਹਸਪਤਾਲ ਵਿਖੇ ਇੱਕ ਮਹਿਲਾ ਡਾਕਟਰ ਦੇ ਨਾਲ ਵਾਪਰੀ ਜਬਰ ਜਨਾਹ ਅਤੇ ਕਤਲ ਦੀ ਘਟਨਾ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਦੱਸ ਦਈਏ ਕਿ ਇਸੇ ਰੋਸ ਨੂੰ ਲੈ ਕੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ PCMSA ਦੇ ਸੂਬਾ ਪ੍ਰਧਾਨ ਅਖਿਲ ਸ਼ਰਨ ਦੇ ਸੱਦੇ ਦੇ ਉੱਤੇ OPD ਸੇਵਾਵਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਡਾਕਟਰਾਂ ਦੇ ਵੱਲੋਂ ਇਸ ਘਟਨਾ ਨੂੰ ਲੈ ਕੇ ਰੋਸ ਮਾਰਚ ਵੀ ਕੱਢਿਆ ਜਾਵੇਗਾ, ਜਦਕਿ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਐਮਰਜੈਂਸੀ ਸੇਵਾਵਾਂ ਬਹਾਲ ਨੇ। ਦੂਜੇ ਪਾਸੇ ਦੱਸ ਦਈਏ ਕਿ ਇੱਥੇ ਪਹੁੰਚੇ ਮਰੀਜ਼ਾਂ ਦੀ ਜਿੱਥੇ ਖੱਜਲ ਖੁਆਰੀ ਹੋ ਰਹੀ ਹੈ ਅਤੇ ਉੱਥੇ ਮਰੀਜ਼ਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਜਲਦ ਤੋਂ ਜਲਦ ਇਸ ਘਟਨਾ ਨੂੰ ਲੈ ਕੇ ਫੈਸਲਾ ਲੈਣਾ ਚਾਹੀਦਾ ਹੈ ਤਾਂ ਜੋ ਹੜਤਾਲ ਖਤਮ ਹੋ ਸਕੇ ਅਤੇ ਉਹਨਾਂ ਦਾ ਇਲਾਜ ਹੋ ਸਕੇ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਮੈਂ 4 ਦਿਨ ਹੋ ਗਿਆ ਗੁੱਡੀ ਨੂੰ, ਤਰੀਕ ਦਿੱਤੀ ਨੂੰ, ਅੱਜ ਆ ਜਾ, ਕੱਲ ਆ ਜਾ, ਅੱਜ ਸਵੇਰ ਦੇ ਬੈਠੇ ਅਸੀਂ 6 ਵਜੇ ਆਏ ਹੋਏ, ਹੁਣ ਟਾਈਮ ਤੇ ਆ ਕੇ ਕਹਿਤਾ, ਕੱਲ ਨੂੰ ਕਰਾਂਗੇ, ਕੱਲ ਨੂੰ ਵੀ ਕੀ ਭਰੋਸਾ ਵੀ ਕਰਨਗੇ ਕਿ ਨਹੀਂ ਕਰਨਗੇ, ਗੁੰਜਾਇਸ਼ ਵਾਲਾ ਬੰਦਾ ਤਾਂ ਪ੍ਰਾਈਵੇਟ ਜਾਊਗਾ, ਸਾਡੇ ਵਰਗੇ ਕਿੱਥੇ ਜਾਣਗੇ। ਅਸੀਂ, ਮੈਂ ਇਹਨਾਂ ਦੀ ਗੁੱਡੀ ਦੀ ਮਾਂ ਹਾਂ ਜੀ। ਕੀ ਨਾਮ ਹੈ ਤੁਹਾਡਾ? ਨੋਰਾ ਸਿੰਘ। ਕੀ ਕਰਨਗੇ ਡਾਕਟਰਾਂ ਸਟ੍ਰਾਈਕ ਨੇ? ਮੈਂ ਤਾਂ ਮੈਂ ਅੱਖਾਂ ਦੀ ਬ੍ਰੇਕ ਕਰਾਇਆ ਤਾ ਜੀ, ਇਹਨਾਂ ਲੈਣਾ ਤਾਂ ਕੋਈ ਵੀ ਇਹਦੇ ਨਾਲ ਖੜੇ ਕੋਈ ਗਲਤ ਕੰਮ ਨਹੀਂ, ਕੋਈ ਸਾਰੇ ਠੀਕ ਠਾਕ ਨਾਲ ਜਾ ਰਹੇ ਨੇ, ਵੀ ਜੋ ਵੀ ਆਪਣੇ ਰੇਪ ਗਲਤ ਕੰਮ ਹੋਇਆ ਵੀ ਸਾਰੇ ਸਜ਼ਾ ਦਵਾਈ ਜਾਵੇ, ਵੀ ਗਲਤ ਡਾਕਟਰ ਬੱਕੀ ਉਹਦੇ ਨਾਲ ਸੀ ਜਿਹੜੇ ਵੀ ਆਹ ਲੈ ਉਹਦੇ ਨਾਲ। ਠੀਕ ਹੈ, ਕਹਿੰਦੇ ਆ ਵੀ ਕੋਲਕਾਤਾ ਦੇ ਵਿੱਚ ਕਿਸੇ ਲੇਡੀਜ਼ ਨਾਲ ਰੇਪ ਹੋਇਆ ਵੀ ਮਾਰਤਾ ਉਹਨੂੰ ਕੁੜੀ ਨੂੰ, ਚਲੋ ਆਪਾਂ ਮੰਨਦੇ ਉਹਦੇ ਨਾਲ ਗਲਤ ਹੋਇਆ ਜੋ ਵੀ ਹੋਇਆ, ਪਰ ਜੇ OPD ਬੰਦ ਕਰਨਾ ਚਾਹੁੰਦੇ ਨੇ ਕਰ ਸਕਦੇ ਨੇ, ਪਰ ਜਿਹੜੀ ਲੇਡੀਜ਼ ਪ੍ਰੈਗਨੈਂਟ ਨੇ ਜਿਹਨਾਂ ਡਿਲੀਵਰੀ ਹੈ ਉਹਨਾਂ ਦਾ ਕੀ ਬਣੂਗਾ? ਹੁਣ ਜੇ ਮੇਰੀ ਵਾਈਫ ਹੈ, ਇਹਨਾਂ ਦੇ 9 ਮਹੀਨੇ ਤੋਂ 10 ਦਿਨ ਉੱਪਰ ਹੋ ਗਏ ਨੇ, ਜੇ ਇਹਨਾਂ ਨੂੰ ਕੋਈ ਗੱਲ ਹੋ ਗਈ ਜਾਂ 19 ਗੱਲ ਹੋ ਗਈ, ਕੌਣ ਜ਼ਿੰਮੇਵਾਰ ਹੈਗਾ? ਸਰਕਾਰ ਜ਼ਿੰਮੇਵਾਰ ਹੈ ਕਿ ਡਾਕਟਰ ਜ਼ਿੰਮੇਵਾਰ ਨੇ? ਸਾਡੇ ਚਲੋ ਜਿਹਦੇ ਕੋਲ 4 ਪੈਸੇ ਨੇ ਉਹ ਤਾਂ ਪ੍ਰਾਈਵੇਟ 'ਚ ਚੱਲ ਜਾਊਗਾ, ਸਾਡੇ ਵਰਗਾ ਮਾਤਰ ਜਿਹੜਾ ਗਰੀਬ ਬੰਦਾ ਉਹ ਕਿੱਥੇ ਜਾਊਗਾ? ਆ 2 ਛੋਟੇ ਛੋਟੇ ਬੱਚੇ ਨੇ, ਇਹਨਾਂ ਨੂੰ ਕਿੱਧਰ ਰੱਖਾਂਗੇ, ਇਹਨੂੰ ਕਿੱਥੇ ਰੱਖਾਂਗੇ? ਅਸੀਂ ਸਰਕਾਰ ਨੂੰ ਸੋਚਣਾ ਚਾਹੀਦਾ ਨਾ, ਚਲੋ ਉਹ ਲੇਡੀਜ਼ ਨਾਲ ਜੋ ਹੋਇਆ ਗਲਤ ਹੋਇਆ ਆਪਾਂ ਮੰਨਦੇ ਹਾਂ, ਸਹਿਮਤ ਹਾਂ ਉਹਦੇ ਨਾਲ, ਠੀਕ ਹੈ, ਪਰ ਜਿਹੜੀਆਂ ਇਹਨਾਂ ਵਰਗੀਆਂ ਲੇਡੀਜ਼ ਨੇ ਜਿਹੜੀ ਡਿਲੀਵਰੀ ਹੋਣੀ ਆ ਜਿਹਨਾਂ ਨੂੰ ਟਾਈਮ ਦਿੱਤਾ ਹੋਇਆ ਉਹ ਕਿੱਥੇ ਜਾਣਗੀਆਂ ਪੂਰੇ ਟਾਈਮ 'ਤੇ? ਅੱਜ 16 ਅਗਸਤ 2024 ਨੂੰ PCMSA ਸਟੇਟ ਬਾਡੀ ਦੇ ਸੱਦੇ 'ਤੇ ਅਸੀਂ PCMS ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਵੱਲੋਂ ਰੋਸ ਦੇ ਪ੍ਰਗਟਾਵੇ ਵਜੋਂ OPD ਸੇਵਾਵਾਂ ਨੂੰ ਠੱਪ ਕਰ ਰਹੇ ਹਾਂ। ਇਹ ਰੋਸ ਸਾਡੇ ਕਲੀਗ ਜਿਹਨਾਂ ਨਾਲ ਜਬਰ ਜਨਾਹ ਦੀ ਵਾਰਦਾਤ ਹੋਈ ਹੈ RG ਮੈਡੀਕਲ ਕਾਲਜ ਕਲਕੱਤਾ ਵਿੱਚ, ਉਹਨਾਂ ਨਾਲ ਜਬਰ ਜਨਾਹ ਤੋਂ ਬਾਅਦ ਉਹਨਾਂ ਨਾਲ ਬੇਰਹਿਮੀ ਨਾਲ ਕਤਲ ਹੋਇਆ ਹੈ ਅਤੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਸਾਡੀ ਸਰਕਾਰ ਨੂੰ ਮੰਗ ਹੈ ਕਿ ਕੰਮ ਵਾਲੀ ਥਾਂ 'ਤੇ ਮਹਿਲਾਵਾਂ ਦੀ ਸੁਰੱਖਿਆ ਲਈ ਠੋਸ ਕਦਮ ਚੱਕੇ ਜਾਣ, ਅਸੀਂ ਸੈਂਟਰਲ ਪ੍ਰੋਟੈਕਸ਼ਨ ਐਕਟ ਦੀ ਡਿਮਾਂਡ ਕਰਦੇ ਹਾਂ। ਇਹ ਸਾਡਾ ਅੱਜ ਰੋਜ਼ ਦਾ ਪ੍ਰਗਟਾਵਾ ਆਮ ਲੋਕਾਂ ਵਾਸਤੇ ਐਮਰਜੈਂਸੀ ਸੇਵਾਵਾਂ ਨੂੰ ਨਾ ਠੱਪ ਕਰਦੇ ਹੋਏ ਚੱਲੇਗਾ। ਸਿਰਫ OPD ਸੇਵਾਵਾਂ ਬੰਦ ਨੇ, ਇਲੈਕਟਿਵ ਐਮਰਜੈਂਸੀ ਓਪਰੇਸ਼ਨ ਥੀਏਟਰਸ ਅਤੇ ਮੈਡੀਕਲ ਲੀਗਲ ਕੰਮ ਵੀ ਨਾਲ ਚੱਲਦੇ ਰਹਿਣਗੇ। ਇਹ ਅੱਜ ਸਿਰਫ 16 ਅਗਸਤ ਦੀ ਕਾਲ ਹੈ।